ਮਿਲ ਕੇ ਕਿਵੇਂ ਇੰਜੋਏ ਕਰ ਰਹੇ ਹੈ, ਉਵੇਂ ਜੇ ਆਪਾਂ ਦੋਵੇਂ ਕੋਨਾਂ ਨੂੰ ਮਿਲਾ ਦਈਏ ਤਾਂ ਕਿਵੇਂ ਵੈਲਿਊ ਕੱਢ ਸਕਦੇ ਹਾਂ। ਚੈਪਟਰ 3 ਅੰਡਰਸਟੈਂਡਿੰਗ ਕੁਆਡਰੀਲੇਟਰਸ ਚਤੁਰ ਭੁਜਾਵਾਂ ਨੂੰ ਸਮਝਣਾ ਐਕਸਰਸਾਈਜ਼ 3.1 ਦਾ 6ਵਾਂ ਸਵਾਲ। ਆਪਾਂ ਚਤੁਰਭੁਜ ਯਾਨੀ ਕਿ ਖਾਸ ਤਰ੍ਹਾਂ ਦਾ ਚਤੁਰਭੁਜ, ਸਮਾਂਤਰ ਚਤੁਰਭੁਜ ਨਾਲ ਰਿਲੇਟਡ ਕੁਐਸਚਨਸ ਕਰਦੇ ਪਏ ਆ, ਉਹੀ ਕਰਦੇ ਪਏ ਆ। ਉਹਨਾਂ ਚੋਂ ਆਪਾਂ ਜਿਹੜੇ ਉਹਦੇ 5 ਪੁਆਇੰਟ ਦਿੱਤੇ ਸੀ, ਉਹਨਾਂ ਚੋਂ ਆਪਾਂ 2 ਪੁਆਇੰਟ ਨਾਲ ਰਿਲੇਟਡ ਕੁਐਸਚਨਸ ਕਰ ਲਏ, ਜਿਹਦੇ ਵਿੱਚ ਸੀਗਾ ਕਿ ਆਹਮਣੇ ਸਾਹਮਣੇ ਵਾਲੀਆਂ ਭੁਜਾਵਾਂ ਕੀ ਹੁੰਦੀਆਂ, ਆਹਮਣੇ ਸਾਹਮਣੇ ਵਾਲੇ ਕੋਣ ਕੀ ਹੁੰਦੇ ਆ, ਤੇ ਨਾਲ ਨਾਲ ਵਾਲੇ ਕੋਨਾਂ ਦਾ ਜੋੜ ਕਿੰਨਾ ਹੁੰਦਾ ਹੈ। ਬਰਾਬਰ ਪਰ ਫਰਕ ਕੀ ਹੈ, ਜਿਹੜਾ ਪਹਿਲਾ ਕੁਐਸਚਨ ਦਿੱਤਾ ਸੀ ਇਸ ਕੁਐਸਚਨ ਫਰਕ ਕੀ ਹੈ ਕਿ ਪਹਿਲਾਂ ਆਪਾਂ ਨੂੰ ਸਿਰਫ ਇੱਕ ਕੋਣ ਦਿੱਤਾ ਹੁੰਦਾ ਸੀ, ਬਾਕੀ ਕੋਣ ਕੱਢਣ ਨੂੰ ਕਹਿ ਦਿੰਦਾ ਸੀ। ਇਹਦੇ ਚ 2 ਕੋਣ ਦਿੱਤੇ ਹੈ, ਬਾਕੀ 2 ਕੋਨਾਂ ਦਾ ਮੁੱਲ ਐਕਸ ਵਾਈ ਦੇ ਰੂਪ ਚ ਦਿੱਤਾ, ਉਹਨਾਂ ਨੇ ਕਿਹਾ ਐਕਸ ਵਾਈ ਦਾ ਮੁੱਲ ਕੱਢੋ ਜਿਵੇਂ ਆਪਾਂ ਭੁਜਾਵਾਂ ਕੱਢੀਆਂ ਸੀ। ਹੁਣ ਕੀ ਕਰਾਂਗੇ, ਆਹ ਦੋਵੇਂ ਕੋਣ ਆਪਸ ਕੀ ਹੈ, ਬਰਾਬਰ, ਤਾਂ 5y ਬਰਾਬਰ 100 ਡਿਗਰੀ, ਉੱਥੋਂ y ਦਾ ਮੁੱਲ ਆ ਜਾਊਗਾ। ਇਹ ਲੀਨੀਅਰ ਇਕੁਏਸ਼ਨ ਦੂਜੇ ਦੇ ਅੱਜ ਆਪਾਂ ਹੱਲ ਕਰਨੀਆਂ ਸਿੱਖੀਆਂ ਨਾ, ਭੁਜਾਵਾਂ ਵਾਲੇ ਕੁਐਸਚਨ ਚ ਵੀ ਐਵੇਂ ਕੀਤਾ, ਐਵੇਂ 4x ਕਿੰਨੇ ਬਰਾਬਰ ਹੈ, ਉੱਥੋਂ x ਦਾ ਮੁੱਲ ਆ ਜਾਊਗਾ। ਸਮਝ ਲੱਗ ਗਈ, ਹੁਣ ਲਿਖਾਂਗੇ ਕਿਵੇਂ ਕਿ ਸਮਾਂਤਰ ਚਤੁਰਭੁਜ ਦੇ ਸਨਮੁਖ ਕੋਣ ਬਰਾਬਰ ਹੁੰਦੇ ਹਨ, ਓਪੋਜ਼ਿਟ ਐਂਗਲਸ ਆਫ ਪੈਰੇਲੋਗ੍ਰਾਮ ਆਰ ਇਕੁਅਲ। ਠੀਕ ਹੈ ਜੀ, ਤਾਂ ਇਸਦਾ ਮਤਲਬ ਓਪੋਜ਼ਿਟ ਐਂਗਲਸ ਇਕੁਅਲ ਹੈ, ਤਾਂ ਦੱਸੋ ਡੀ ਐਂਗਲ ਇਕੁਅਲ ਕਿਹੜਾ ਹੋ ਗਿਆ, ਡੀ ਐਂਗਲ ਦੇ ਬਰਾਬਰ ਕਿਹੜਾ ਕੋਣ ਹੋਇਆ, ਬੀ। ਵੈਰੀ ਗੁੱਡ, ਕੋਣ ਡੀ ਬਰਾਬਰ ਕੋਣ ਬੀ। ਹੁਣ ਡੀ ਦਾ ਮੁੱਲ ਕਿੰਨਾ, ਐਂਗਲ ਡੀ ਕਿੰਨਾ, 5y ਬਰਾਬਰ ਬੀ ਐਂਗਲ ਦਾ ਮੁੱਲ ਕਿੰਨਾ, 100 ਡਿਗਰੀ। ਠੀਕ ਹੈ, 100 ਡਿਗਰੀ, 100 ਡਿਗਰੀ ਹੈ। ਹੁਣ ਦੱਸੋ 5 ਕਿੱਥੇ ਜਾਊਗਾ, 5 ਕਿੱਥੇ ਜਾਊਗਾ, ਵਰਤੀਆਂ ਜਾਂਦੀਆਂ। ਜੇ ਆਪਾਂ ਉਹ ਜੜਾਂ ਪੱਕੀਆਂ ਕਰ ਲਈਏ ਤਾਂ ਇਹ ਸਵਾਲ ਕੀ ਹੈ, ਬਹੁਤ ਸੌਖਾ ਹੈ ਨਾ। ਤਾਂ ਹੁਣ 5 ਥੱਲੇ ਆ ਗਿਆ, ਵਾਈ ਬਰਾਬਰ 100/5, 5 ਦੇ ਭਾੜੇ ਤੇ 100 ਜਾਂਦਾ ਕਿੰਨੇ ਨੰਬਰ ਤੇ, 20 ਤੇ। ਵੈਰੀ ਗੁੱਡ, 5 × 2 = 10, 10 ਤੋਂ ਬਾਅਦ ਗਲੀ ਇੱਕ 0 ਵੱਜ ਗਈ ਉੱਪਰ ਲਾਤਾ, ਯਾਨੀ ਕਿ 22 ਕਿੰਨਾ ਆ ਗਿਆ, 20 ਡਿਗਰੀ। ਹੁਣ ਉਵੇਂ ਫਿਰ ਏ ਕੋਣ ਕਿੰਨੇ ਬਰਾਬਰ ਹੋ ਜਾਊਗਾ, ਏ ਕੋਣ ਬਰਾਬਰ ਸੀ ਕੋਣ, ਏ ਕੋਣ ਕਿੰਨਾ ਹੁੰਦਾ, 4x ਬਰਾਬਰ ਸੀ ਕੋਣ ਦਾ 80/4, ਐਕਸ ਬਰਾਬਰ ਕਿੰਨਾ ਹੋ ਗਿਆ 80/4, 4 ਦੇ ਬਣੇ ਤੇ 80 ਕਿੰਨੇ ਨੰਬਰ ਤੇ, 20 ਤੇ। ਵੈਰੀ ਗੁੱਡ, ਤਾਂ ਹੁਣ ਐਕਸ ਦਾ ਮੁੱਲ ਆ ਗਿਆ 20 ਡਿਗਰੀ, ਵਾਈ ਦਾ ਮੁੱਲ ਵੀ ਆ ਗਿਆ 20 ਡਿਗਰੀ, ਐਕਸ ਤੇ ਵਾਈ ਆਪਾਂ ਪਤਾ ਕਰਨੇ ਸੀ, ਸਵਾਲ ਹੋ ਗਿਆ। ਕੀ ਕੀਤਾ,
ਆਪਾਂ ਇਦਾਂ ਦੇ ਸਵਾਲ ਪਹਿਲਾਂ ਨੀ ਕੀਤੇ ਆ। ਪਹਿਲਾਂ ਆਪਾਂ ਨੂੰ ਕੀ ਕਰਦੇ ਸੀ, ਇਕੱਲਾ ਇੱਕ ਮੰਨ ਲਓ ਐਮਐਸਸੀ ਡਿਗਰੀ ਦੇਗਾ, ਬਾਕੀ ਕਹਿੰਦਾ ਸੀ ਆਪ ਪਤਾ ਕਰੋ। ਇਹਦੇ ਚ ਆਪਾਂ ਨੂੰ ਦੋ ਗੁਣ ਦਿੱਤੇ ਆ, ਬਾਕੀ ਦੋ ਗੁਣਾਂ ਨੂੰ ਐਕਸ ਵਾਈ ਦੇ ਰੂਪ ਚ ਦਿੱਤਾ, ਉਹਨਾਂ ਨੇ ਕਿ ਐਕਸ ਵਾਈ ਦਾ ਮੁੱਲ ਪਤਾ ਕਰੋ। ਲੋਜੀ ਉਹੀ ਲੱਗਿਆ, ਆਮਣੇ ਸਾਹਮਣੇ ਵਾਲੇ ਕੋਣ ਵੀ ਹੁੰਦੇ ਆ ਬਰਾਬਰ। ਇਹਦੇ ਚ ਆਪਾਂ ਨੂੰ ਸਮੀਕਰਨਾਂ ਲੀਨੀਅਰ ਇਕੁਏਸ਼ਨ ਸੋਲਵ ਕਰਨੀਆਂ ਪੈਂਦੀਆਂ। ਸਮਝ ਲੱਗ ਗਈ?